ਹਲਕਾ ਗੁਰਦਾਸਪੁਰ ਤੋਂ ਐਮਪੀ ਸਨੀ ਦਿਓਲ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰੇ ਰਹਿੰਦੇ ਹਨ ਅਤੇ ਅੱਜ ਗੁਰਦਾਸਪੁਰ ਸ਼ਹਿਰ ਅੰਦਰ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਸਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਆਪਣੇ ਹੱਥਾਂ ਦੇ ਵਿੱਚ ਫੜੇ ਅਤੇ ਰੋਸ ਪ੍ਰਗਟਾਇਆ ਅਤੇ ਸਿਰਫ ਇੰਨਾ ਹੀ ਨਹੀਂ ਇਹਨਾਂ ਪੋਸਟਰਾਂ ਨੂੰ ਕੰਧਾਂ ਦੇ ਉੱਤੇ ਵੀ ਚਿਪਕਾਇਆ। ਇਸ ਮੌਕੇ ਨੌਜਵਾਨਾਂ ਨੇ ਦੋਸ਼ ਲਗਾਏ ਹਨ ਕਿ ਸੰਸਦ ਮੈਂਬਰ ਸਨੀ ਦਿਓਲ ਨੇ ਪਿਛਲੇ ਲੰਮੇ ਸਮੇਂ ਤੋਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕੋਰੋਨਾ ਮਹਾਮਾਰੀ ਦੌਰਾਨ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਕੀਤੀ। ਇਸ ਮੌਕੇ ਨੌਜਵਾਨਾਂ ਨੇ ਨੈਤਿਕਤਾ ਦੇ ਆਧਾਰ ਤੇ ਸਨੀ ਦਿਓਲ ਕੋਲੋਂ ਇਸਤੀਫੇ ਦੀ ਮੰਗ ਕੀਤੀ ਹੈ ਅਤੇ ਹੁਣ ਇਸ ਮੌਕੇ ਗੱਲਬਾਤ ਕਰਦੇ ਹਾਂ ਨੌਜਵਾਨ ਆਗੂ ਇੰਦਰਪਾਲ ਸਿੰਘ ਅਤੇ ਅਮਰਜੋਤ ਸਿੰਘ ਨੇ ਕੀ ਕਿਹਾ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ। ਪਰ ਪਿਛਲੇ 2.5 ਸਾਲ ਤੋਂ ਜਿਹੜਾ ਇਲੈਕਸ਼ਨ 2019 ਦੀ ਗਈ ਸੀਗੀ, ਸਾਡੇ ਗੁਰਦਾਸਪੁਰ ਦੇ ਲੋਕਾਂ ਨੇ ਬੜੇ ਚਾਅ ਅਤੇ ਉਮੀਦਾਂ ਦੇ ਨਾਲ ਇੱਕ ਸੈਲੀਬ੍ਰਿਟੀ ਨੂੰ ਬੜਾ ਜਿਤਾ ਕੇ ਭੇਜਿਆ ਸੀਗਾ। ਇਸ ਉਮੀਦਾਂ ਦੇ ਨਾਲ ਕਿ ਚਲੋ ਸਾਡੇ ਗੁਰਦਾਸਪੁਰ ਦਾ ਜਿਹੜਾ ਇੰਡਸਟਰੀਅਲ ਇਸ਼ੂ ਆ ਜਾਂ ਰੁਜ਼ਗਾਰੀ ਦਾ ਇਸ਼ੂ ਆ ਜਾਂ ਹੋਰ ਕਈ ਜਿਹੜੀ ਸਮੱਸਿਆਵਾਂ ਨੇ ਉਹ ਜਿਹੜੇ ਹੱਲ ਹੋਣਗੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 2.5 ਸਾਲ ਦਾ ਸਮਾਂ ਗੁਜ਼ਰ ਗਿਆ ਪਰ ਅੱਜ 2021 ਹੋ ਗਿਆ ਅਤੇ ਉਹਨਾਂ ਨੇ ਇੱਕ ਵਾਰ ਵੀ ਜ਼ਰੂਰੀ ਨਹੀਂ ਸਮਝਿਆ ਕਿ ਗੁਰਦਾਸਪੁਰ ਦੇ ਵਿੱਚ ਆਣ ਕੇ ਆਮ ਲੋਕ ਅਤੇ ਗਰੀਬ ਲੋਕਾਂ ਦੀ ਸਾਰ ਲਈ ਜਾਵੇ। ਆ ਜਿਵੇਂ ਪਿੱਛੇ ਹੁਣ ਕਰੋਨਾ ਦੌਰ ਵੀ ਲੰਘ ਕੇ ਗਿਆ, ਜਦੋਂ ਸ਼ੁਰੂਆਤੀ ਦਿਨ ਸੀਗੇ ਕਰੋਨਾ ਦੇ ਲੋਕਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਸੀਗੀ, ਲੋਕਾਂ ਰਾਸ਼ਨ ਤੋਂ ਵਾਂਝੇ ਹੋ ਗਏ, ਲੋਕਾਂ ਦੇ ਕੰਮ ਕਾਹੇ ਠੱਪ ਹੋ ਗਏ, ਲੋਕ ਰੁਜ਼ਗਾਰ ਤੋਂ ਵਾਂਝੇ ਹੋ ਗਏ ਕਿ ਇੱਥੇ ਜ਼ਰੂਰੀ ਨਹੀਂ ਸੀ ਉਹਨਾਂ ਦਾ ਇੱਥੇ ਆਣ ਕੇ ਆਪਣਾ ਦਖਲ ਦੇਣਾ ਔਰ ਆਮ ਲੋਕਾਂ ਦੀ ਇੱਥੇ ਜਿਹੜੀ ਆਣ ਕੇ ਉਹ ਗੱਲ ਸੁਣਨੀ। ਪਰ ਗਾਂ 2.5 ਸਾਲ ਦਾ ਸਮਾਂ ਰਹਿ ਗਿਆ, ਮੈਂ ਤਾਂ ਇਹ ਕਹੂੰਗਾ ਵੀ ਜਿਹੜੇ 2.5 ਸਾਲ ਦੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਜੇ ਵੀ ਉਹਨਾਂ ਨੇ ਜ਼ਰੂਰੀ ਨਾ ਸਮਝਿਆ ਤਾਂ ਮੈਂ ਕਹੂੰਗਾ ਵੀ ਉਹਨਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਆਪਣਾ ਅਸਤੀਫਾ ਜਿਹੜਾ ਵਾ ਉਹ ਦੇ ਦੇਣਾ ਚਾਹੀਦਾ ਵਾ। ਜੀ ਅੱਜ ਅਸੀਂ ਆਪਣੇ ਗੁਰਦਾਸਪੁਰ ਦੇ ਐਮਪੀ ਨੂੰ ਲੱਭਦੇ ਪਏ ਹਾਂ ਸੜਕਾਂ ਦੇ ਉੱਪਰ ਘੁੰਮ ਘੁੰਮ ਕੇ, ਕਿਉਂਕਿ ਅਸੀਂ ਇਹਨਾਂ ਸੜਕਾਂ ਦੇ ਉੱਤੇ ਉਹਨਾਂ ਵਾਸਤੇ ਵੋਟਾਂ ਮੰਗੀਆਂ ਸੀ ਔਰ ਜਿਹੜਾ ਬੀਜੇਪੀ ਦਾਅਵਾ ਕਰਦਾ ਸੀ ਵੀ ਇਹ ਸੰਨੀ ਦਿਓਲ ਨੂੰ ਤੁਸੀਂ ਐਮਪੀ ਬਣਾਓ ਅਤੇ ਇੱਥੇ ਅਸੀਂ ਗੁਰਦਾਸਪੁਰ ਦੀ ਡਿਵੈਲਪਮੈਂਟ ਕਰਾਵਾਂਗੇ ਔਰ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਿਣ ਵਾਲਾ ਸੰਨੀ ਦਿਓਲ ਅੱਜ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਨਾਲ ਗਦਾਰੀ ਕਰ ਚੁੱਕਿਆ। ਜੋ ਉਹਦੇ ਪੁੱਤਰ ਹੋਣ ਦੇ ਫਰਜ਼ ਬਣਦੇ ਸੀ ਉਹ ਤਾਂ ਆਪਣੇ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਵੀ ਨਹੀਂ ਨਿਭਾ ਸਕਿਆ ਔਰ ਅੱਜ ਅਸੀਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੰਪੇਨਿੰਗ ਕੀਤੀ ਉੱਦਾਂ ਹੀ ਸੜਕਾਂ ਦੇ ਉੱਤੇ ਘੁੰਮ ਕੇ ਜਿਹੜਾ ਯੂਥ ਉਹਦੇ ਵਾਸਤੇ ਵੋਟਾਂ ਮੰਗਦਾ ਸੀ ਅੱਜ ਉਸਦੀ ਗੁੰਮਸ਼ੁਦੀ ਦੇ ਪੋਸਟਰ ਘਰ ਘਰ ਲਗਾ ਰਹੇ ਹਾਂ। ਜਿੱਥੇ ਉਹਨਾਂ ਚੌਂਕਾਂ ਦੇ ਵਿੱਚ ਕਿਤੇ ਉਹਨਾਂ ਦੇ ਵਾਸਤੇ ਮੀਟਿੰਗਾਂ ਹੋਈਆਂ ਸੀ ਉਹਨਾਂ ਚੌਂਕਾਂ ਦੇ ਵਿੱਚ ਹੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸ਼ਾਇਦ ਕਿਸੇ ਨਾ ਕਿਸੇ ਨੁੱਕਰ ਦੇ ਵਿੱਚ ਗੁਰਦਾਸਪੁਰ ਦੀ ਸੰਨੀ ਦਿਓਲ ਲੁੱਕ ਕੇ ਬੈਠਾ ਹੋਵੇ ਅਤੇ ਸਾਡੇ ਨਾਲ ਚੱਲ ਕੇ ਆਪਣੀ ਹਲਕੇ ਦਾ ਲੋਕਾਂ ਦਾ ਹਾਲ ਪੁੱਛੇ ਔਰ ਸ਼ਾਇਦ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਬਿਲਕੁਲ ਸਰ, ਜੋਤਿਸ਼ਕ ਵਿਦਿਆ ਇੱਕ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ। ਫੇਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਐਸਟ੍ਰੋਲੋਜਰ ਰੋਹਿਤ ਜੋਸ਼ੀ ਜੋ ਕਰਦੇ ਨੇ ਫ੍ਰੀ ਸੇਵਾ ਫ੍ਰੀ ਸਮਾਧਾਨ 99968 26004।